ਸਤਿ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ ਵਿਸ਼ੇਸ਼ ਰਿਪੋਰਟ ਅੱਜ ਸਬਸਿਡੀਆਂ ਦੇ ਉੱਤੇ ਹੈ ਜਿਹੜੀਆਂ ਸਿਆਸੀ ਪਾਰਟੀਆਂ ਵੱਲੋਂ ਸੂਬਿਆਂ ਦੇ ਵਿੱਚ ਜਾਂ ਕੇਂਦਰ ਦੇ ਵਿੱਚ ਰਾਜ ਹਾਸਲ ਕਰਨ ਵਾਸਤੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਸਬੰਧ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਪੰਜਾਬ ਤੇ ਆਂਧਰਾ ਪ੍ਰਦੇਸ਼ ਦੋ ਅਜਿਹੇ ਸੂਬੇ ਨੇ ਜਿਹੜੇ ਸਬਸਿਡੀਆ ਦੇਣ ਦੇ ਮਾਮਲੇ ਦੇ ਵਿੱਚ ਇਸ ਸਮੇਂ ਚੋਟੀ ਤੇ ਪਹੁੰਚੇ ਹੋਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਨਹੀਂ ਆਈ ਸੀਗੀ ਤਾਂ ਉਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਲੋਕਾਂ ਨਾਲ ਬਹੁਤ ਢੇਰ ਸਾਰੇ ਵਾਅਦੇ ਕੀਤੇ ਸੀਗੇ ਜਿਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ ਬਿਜਲੀ ਮੁਫਤ ਦੇਵਾਂਗੇ ਤੇ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਫ੍ਰੀ ਵਿੱਚ ਦਿੱਤਾ ਜਾਊਗਾ ਤੇ ਇਸ ਦੇ ਨਾਲ ਨਾਲ ਬੱਸਾਂ ਦਾ ਕਿਰਾਇਆ ਵੀ ਮਾਫ ਕੀਤਾ ਗਿਆ ਇਹ ਮਹਿਲਾਵਾਂ ਨੂੰ ਹਾਲਾਂਕਿ ਇਹ ਕਾਂਗਰਸ ਸਰਕਾਰ ਨੇ ਕੀਤਾ ਸੀਗਾ ਪਰ ਆਮ ਆਦਮੀ ਪਾਰਟੀ ਨੇ ਵੀ ਇਹ ਜਿਹੜਾ ਰੁਝਾਨ جاری ਰੱਖਿਆ ਤੇ ਇਸ ਗੱਲ ਕਰਕੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਕਰਜ਼ਾ ਵੀ ਵੱਧਦਾ ਜਾ ਰਿਹਾ ਹੈ ਤੇ ਇਹ ਸਬਸਿਡੀਆਂ ਦੇ ਮਾਮਲੇ ਵਿੱਚ ਪੰਜਾਬ ਬਹੁਤ ਉੱਪਰ ਜਾ ਰਿਹਾ ਹੈ ਜੇਕਰ ਅਸੀਂ ਇਸ ਸਬਸਿਡੀਆਂ ਨੂੰ ਦੇਖਦੇ ਹਾਂ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਇਹਦੇ ਨਾਲ ਲਗਾਤਾਰ ਕਰਜ਼ਾ ਵੀ ਵਧ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਇਸ ਸਮੇਂ ਬਹੁਤ ਵੱਡਾ ਕਰਜ਼ਾ ਚੜ੍ਹਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਇਹ ਕਰਜ਼ੇ ਲਏ ਜਾ ਰਹੇ ਨੇ ਉਹਦਾ ਕਾਰਨ ਇਹੀ ਹੈ ਕਿ ਵੱਡੀ ਗਿਣਤੀ ਵਿੱਚ ਜਾਂ ਵੱਡੀ ਮਾਤਰਾ ਦੇ ਵਿੱਚ ਇਹ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਸਬੰਧ ਵਿੱਚ ਭਗਵੰਤ ਮਾਨ ਅਕਸਰ ਹੀ ਇਹ ਦਾਵਾ ਕਰ ਰਹੇ ਨੇ ਕਿ ਖਜ਼ਾਨੇ ਸਾਡੇ ਭਰੇ ਪਏ ਨੇ ਕਿਸੇ ਵੀ ਦੀ ਸਾਨੂੰ ਜ਼ਰੂਰਤ ਨਹੀਂ ਹੈ ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸੜਕਾਂ ਦੇ ਉੱਤੇ ਕਿਸ ਯੂਨੀਅਨਾਂ ਚਾਹੇ ਉਹ ਕਿਸਾਨ ਯੂਨੀਅਨ ਹੋਵੇ ਚਾਹੇ ਉਹ EMPLOYES ਯੂਨੀਅਨ ਹੋਵੇ ਚਾਹੇ ਅਧਿਆਪਕ ਹੋਣ ਜਾਂ ਹੋਰ ਬੜੇ ਕੁੱਝ ਮੌਸਲੇ ਨੇ ਉਹ ਸਾਰੇ ਲਟਕ ਰਹੇ ਨੇ ਉਹਦਾ ਕਾਰਨ ਇਹੀ ਹੈ ਕਿ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਹੈ ਤੇ ਭਾਵੇਂ ਕਿ ਇਹ ਸਰਕਾਰ ਇਹ ਵੀ ਕਹਿੰਦੀ ਆ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੇ ਕਰਜ਼ੇ ਲਏ ਸੀਗੇ ਉਹਨਾਂ ਦਾ ਵਿਆਜ ਹੀ ਸਾਨੂੰ ਬਹੁਤ ਵੱਡੀ ਗਿਣਤੀ ਵਿੱਚ ਵੱਡੀਆਂ ਰਕਮਾਂ ਦੇਣੀਆਂ ਪੈ ਰਹੀਆਂ ਨੇ ਇਸ ਗੱਲ ਕਰਕੇ ਇਹ ਕਰਜ਼ੇ ਲੈਣੇ ਪਏ ਨੇ ਜੇਕਰ ਅਸੀਂ ਇਸ ਮਸਲੇ ਦੇ ਉੱਤੇ ਦੇਖਦੇ ਹਾਂ ਕਿ ਜਿਹੜੇ ਖਾਸ ਤੌਰ ਤੇ ਆਂਧਰਾ ਪ੍ਰਦੇਸ਼ ਤੇ ਪੰਜਾਬ ਜਿਹੜੇ ਕਰਜ਼ੇ ਦੇ ਮਾਮਲੇ ਦੇ ਉੱਤੇ ਚੋਟੀ ਤੇ ਪਹੁੰਚੇ ਹੋਏ ਨੇ ਉਦੋਂ ਤੋਂ ਪਤਾ ਲੱਗਦਾ ਹੈ ਕਿ ਆਂਧਰਾ ਪ੍ਰਦੇਸ਼ ਨੇ 2 ਸਾਲ ਦੇ ਵਿੱਚ ਇਹ 4 ਗੁਣਾ ਸਬਸਿਡੀਆਂ ਵਧਾਈਆਂ ਨੇ ਇਸੇ ਤਰੀਕੇ ਦੇ ਨਾਲ ਜਿਹੜੀ ਪੰਜਾਬ ਸਰਕਾਰ ਹੈ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਨੇ 2 ਸਾਲਾਂ ਦੇ ਵਿੱਚ ਦੁੱਗਣੀ ਸਬਸਿਡੀ ਕੀਤੀ ਹੈ ਤੇ ਬੈਂਕ ਆਫ ਬੜੋਦਾ ਨੇ ਇੱਕ ਰਿਪੋਰਟ ਦਿੱਤੀ ਹੈ ਉਹਦੇ ਜਿਹੜੇ ਅੰਕੜੇ ਨੇ ਬੜੇ ਸੰਸਨੀਖੇਜ ਨੇ ਉਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ 7428 ਰੁਪਏ ਦੀ ਸਬਸਿਡੀ ਪ੍ਰਤੀ ਵਿਅਕਤੀ ਦਿੱਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਜਿਹੜਾ ਹੈ ਕਰਨਾਟਕ ਦੇ ਵਿੱਚ 4274 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਗੁਜਰਾਤ ਦੇ ਵਿੱਚ 4272 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਮਹਾਰਾਸ਼ਟਰ ਦੇ ਵਿੱਚ 3840 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਇਹ ਸਬੰਧ ਵਿੱਚ ਜਿਹੜੀ ਸਬਸਿਡੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਉਸ ਦੀਆਂ ਅੰਕੜੇ ਅਸੀਂ ਦੇਖਦੇ ਹਾਂ ਜਾਂ ਰਕਮਾ ਦੇਖਦੇ ਹਾਂ ਉੱਥੋਂ ਇਹ ਪਤਾ ਲੱਗਦਾ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿੱਚ 2023 ਦੇ ਵਿੱਚ 2718 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਹੜੀ ਕਿ 2021 ਦੇ ਵਿੱਚ 585 ਰੁਪਏ ਪ੍ਰਤੀ ਵਿਅਕਤੀ ਬਣਦੀ ਸੀ ਇਸ ਦੇ ਨਾਲ ਇਹ ਪਤਾ ਲੱਗਦਾ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿੱਚ 364.61% ਦਾ ਸਬਸਿਡੀਅਲ ਦੇ ਵਿੱਚ ਵਾਧਾ ਕੀਤਾ ਗਿਆ। ਜਦੋਂ ਪੰਜਾਬ ਦੀ ਗੱਲ ਕਰਤੀ ਹੈ ਜਿੱਥੇ ਸਬਸਿਡੀਆਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਸਰਕਾਰ ਵੱਲੋਂ ਹੁਣ ਫਿਰ ਇਹ ਇਸ ਗੱਲ ਦਾ ਇਸ਼ਾਰਾ ਵੀ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿਲਾਵਾਂ ਨੂੰ 1-1000 ਰੁਪਿਆ ਦਿੱਤਾ ਜਾਏਗਾ। ਇਹ ਕਦੋਂ ਦਿੱਤਾ ਜਾਂਦਾ ਹੈ ਇਹ ਬਾਅਦ ਦੀ ਗੱਲ ਹੈ ਪਰ ਜੇਕਰ ਇਹ 1-1000 ਰੁਪਏ ਦਿੱਤਾ ਗਿਆ ਤਾਂ ਸਰਕਾਰ ਦੇ ਸਿਰ ਹੋਰ ਜ਼ਿਆਦਾ ਕਰਜ਼ਾ ਵੀ ਚੜ ਜਾਊਗਾ ਤੇ ਪਤਾ ਲੱਗਦਾ ਹੈ ਕਿ 2023 ਦੇ ਵਿੱਚ ਪ੍ਰਤੀ ਵਿਅਕਤੀ 7428 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਜਿਹੜੀ ਕਿ 2021 ਦੇ ਵਿੱਚ 53113 ਰੁਪਏ ਦੀ ਸਬਸਿਡੀ ਬਣਦੀ ਸੀ ਇਥੋਂ ਇਹ ਪਤਾ ਲੱਗਦਾ ਹੈ ਕਿ 111.43% ਦਾ ਇਹ ਵਾਧਾ ਹੋਇਆ ਹੈ ਜਦੋਂ ਅਸੀਂ ਰਾਜਸਥਾਨ ਦੀ ਗੱਲ ਕਰਦੇ ਹਾਂ ਰਾਜਸਥਾਨ ਦੇ ਵਿੱਚ 38117 ਰੁਪਏ ਦੀ ਸਬਸਿਡੀ 2023 ਦੇ ਵਿੱਚ ਦਿੱਤੀ ਜਾ ਰਹੀ ਹੈ ਜਦਕਿ 2021 ਦੇ ਵਿੱਚ ਇਹ 2163 ਰੁਪਏ ਦੀ ਸੀਗੀ ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ 76.45% ਦਾ ਵਾਤਾ ਹੋਇਆ ਤੇ ਬਿਹਾਰ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਗਰੀਬ ਸੂਬਾ ਜਿੱਥੇ ਸਬਸਿਡੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹ ਪੰਜਾਬ ਨਾਲੋਂ ਕਿਤੇ ਘੱਟ ਸਬਸਿਡੀ ਦੇ ਰਿਹਾ ਹੈ ਉੱਥੇ तकरीबन 1317 ਰੁਪਏ ਪ੍ਰਤੀ ਵਿਅਕਤੀ ਸਬਸਿਡੀ 2023 ਦੇ ਵਿੱਚ ਦਿੱਤੀ ਜਾ ਰਹੀ ਹੈ ਤੇ 785 ਰੁਪਏ ਜਿਹੜੇ ਹੈਗਾ 221 ਦੇ ਵਿੱਚ ਦਿੱਤੀ ਜਾਂਦੀ ਸੀਗੀ ਤੇ ਉੱਥੇ ਜਿਹੜਾ ਇਹ ਵਾਧਾ ਉਹ 67.77% ਦੀ ਦਰਜ ਕੀਤਾ ਗਿਆ ਪੱਛਮੀ ਬੰਗਾਲ ਦੇ ਵਿੱਚ ਇਸ ਸਮੇਂ ਜਿਹੜਾ 232 ਦੇ ਵਿੱਚ 1870 ਰੁਪਏ ਪ੍ਰਤੀ ਵਿਅਕਤੀ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਜਿਹੜੀ 221 ਦੇ ਵਿੱਚ ਸੀ ਉਹ 1365 ਰੁਪਏ ਬਣਦੀ ਸੀ ਤੇ ਇਸ ਤਰੀਕੇ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ 3790 37.90 ਫੀਸਦੀ ਇਹ ਵਾਅਦਾ ਹੋਇਆ ਹੈ ਤੇ ਹੁਣ ਇਹ ਦਾ ਸਬਸਿਡੀਆਂ ਦੇ ਕਾਰਨ ਇਹਨਾਂ ਸੂਬਿਆਂ ਦੇ ਵਿੱਚ ਤਕਰੀਬਨ ਕਰਜ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸੂਬਿਆਂ ਨੂੰ 20% ਹੋਰ ਜ਼ਿਆਦਾ ਕਰਜ਼ਾ ਲੈਣਾ ਪੈ ਰਿਹਾ ਹੈ ਤੇ ਇਸ ਦੇ ਨਾਲ ਜਿਹੜੇ ਉਹ ਸੂਬਿਆਂ ਦੀ ਗੱਲ ਕਰਦੇ ਆ ਜਿੱਥੇ ਸਬਸਿਡੀ ਬਹੁਤ ਘਟਾਈ ਗਈ ਹੈ ਤੇ ਉਸ ਸਾਰਾ ਚੋਟੀ ਦੇ ਉੱਤੇ ਦੱਖਣ ਦਾ ਕੇਰਲ ਸੂਬਾ ਹੁੰਦਾ ਹੈ ਜਿੱਥੇ 2023 ਦੇ ਵਿੱਚ 662 ਰੁਪਏ ਪ੍ਰਤੀ ਵਿਅਕਤੀ ਸਬਸਿਡੀ ਦਿੱਤੀ ਜਾ ਰਹੀ ਹੈ ਤੇ 2021 ਦੇ ਵਿੱਚ ਇੱਥੇ 1886 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ ਇਸ ਉਪਭਾਅ ਇਹ ਹੈ ਕਿ 75.50 ਫੀਸਦੀ ਦੀ ਇੱਥੇ ਹੀ ਕਮੀ ਲਿਆਂਦੀ ਗਈ ਹੈ ਤਾਮਿਲਨਾਡੂ ਇੱਕ ਅਜਿਹਾ ਸੂਬਾ ਹੈ ਜਿੱਥੇ 2023 ਦੇ ਵਿੱਚ 497 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਹੜੀ 2021 ਦੇ ਵਿੱਚ ਬਹੁਤ ਵੱਡੀ ਸਬਸਿਡੀ ਸੀਗੀ 14832 ਰੁਪਏ ਪ੍ਰਤੀ ਵਿਅਕਤੀ ਸਬਸਿਡੀ ਦਿੱਤੀ ਜਾ ਰਹੀ ਸੀਗੀ ਤੇ ਇਸ ਦੇ ਨਾਲ ਇੱਥੇ ਉਹਨਾਂ ਨੇ 72.37% ਦੀ ਕਮੀ ਲਿਆਂਦੀ ਹੈ ਤੇਲੰਗਾਨਾ ਜਿੱਥੇ ਹਾਲ ਹੀ ਦੇ ਵਿੱਚ ਚੋਣਾਂ ਹੋਈਆਂ ਨੇ ਉੱਥੇ ਇਹ ਪਤਾ ਲੱਗਦਾ ਹੈ ਕਿ 2751 ਰੁਪਏ 2023 ਦੇ ਵਿੱਚ ਸਬਸਿਡੀ ਦਿੱਤੀ ਜਾ ਰਹੀ ਸੀ ਤੇ 3485 ਰੁਪਏ ਦੀ ਸਬਸਿਡੀ ਪ੍ਰਤੀ ਵਿਅਕਤੀ ਨੂੰ 2021 ਦੇ ਵਿੱਚ ਦਿੱਤੀ ਜਾ ਰਹੀ ਸੀ ਤੇ ਇਹਦਾ ਨੇ ਵੀ 19.91 ਫੀਸਦੀ ਦਾ ਦੀ ਕਮੀ ਜਾਂਦੀ ਹੈ ਛੱਤੀਗੜ੍ਹ ਜਿੱਥੇ 20 ਹੁਣੇ ਵੋਟਾਂ ਪਈਆਂ ਨੇ ਉੱਥੇ ਪਤਾ ਲੱਗਦਾ ਹੈ ਕਿ 2023 ਦੇ ਵਿੱਚ ਉਹਨਾਂ ਵੱਲੋਂ 3250 ਰੁਪਏ ਪ੍ਰਤੀ ਵਿਅਕਤੀ ਸਬਸਿਡੀ ਦਿੱਤੀ ਜਾ ਰਹੀ ਸੀ ਤੇ ਨਾਲ ਨਾਲ 2021 ਦੇ ਵਿੱਚ ਉਹਨਾਂ ਵੱਲੋਂ 10232 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਸੀ ਤੇ ਇਹਨਾਂ ਨੇ 68.32% ਦੀ ਕਮੀ ਲਿਆਂਦੀ ਹੈ ਹੁਣ ਅਸੀਂ ਉਹ ਗੱਲ ਕਰਦੇ ਆ ਜਿੱਥੇ ਹਾਲ ਹੀ ਦੇ ਵਿੱਚ ਵੋਟਾਂ ਪਈਆਂ ਨੇ ਉੱਥੇ ਭਾਵੇਂ ਸੂਬਿਆਂ ਦੇ ਉੱਤੇ ਬਹੁਤ ਸਾਰਾ ਕਰਜ਼ਾ ਸੀਗਾ ਪਰ ਹੁਣ ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਐਲਾਨ ਕੀਤੇ ਗਏ ਨੇ ਉਹਨਾਂ ਐਲਾਨਾਂ ਦੇ ਉੱਤੇ ਜਿਹੜੀ ਲੋਕਾਂ ਨੂੰ ਪੈਸੇ ਦਿੱਤੇ ਜਾਣੇ ਜਾਂ ਸਬਸਿਡੀ ਦਿੱਤੀ ਜਾਣੇ ਜਾਂ ਜਿਹੜੀਆਂ ਜਿਹੜੀਆਂ ਸਕੀਮਾਂ ਸਰਕਾਰ ਨੇ ਉਡੀਕੀਆਂ ਨੇ ਜਿਹੜਾ ਇਹਨਾਂ ਪਾਰਟੀਆਂ ਨੇ ਦਿੱਤੀਆਂ ਸੀਗਾ ਤੇ ਹੁਣ ਉਹਨਾਂ ਉੱਤੇ ਵੱਡਾ ਖਰਚਾ ਵੀ ਕਰਨਾ ਪਊਗਾ। ਮੱਧ ਪ੍ਰਦੇਸ਼ ਦੇ ਸਿਰ ਇਸ ਸਮੇਂ 385 ਕਰੋੜ ਰੁਪਏ 1000 ਕਰੋੜ ਰੁਪਏ ਦਾ ਕਰਜ਼ਾ ਹੈ। ਤੇ ਇਸ ਦੇ ਨਾਲ ਉੱਥੇ ਇਹ ਵੀ ਪਤਾ ਲੱਗਦਾ ਕਿ ਪ੍ਰਤੀ ਵਿਅਕਤੀ ਉੱਥੇ 47000 ਜਿਹੜਾ 47000 ਰੁਪਏ ਦਾ ਕਰਜ਼ਾ ਪ੍ਰਤੀ ਵਿਅਕਤੀ ਹੈ ਤੇ ਜਿਹੜਾ ਇਸ ਜਿਹੜੀ ਸਰਕਾਰ ਹੈਗਾ ਮੱਧ ਪ੍ਰਦੇਸ਼ ਸਰਕਾਰ ਆ ਉਸ ਨੂੰ 20000 ਕਰੋੜ ਰੁਪਏ ਦਾ ਵਿਆਜ ਹਰ ਸਾਲ ਦੇਣਾ ਪੈਂਦਾ ਤੇ ਤਨਖਾਹਾਂ ਪੱਤੇ ਪੈਨਸ਼ਨ ਖਰਚੇ ਉਹਦੇ ਉੱਤੇ 75000 ਕਰੋੜ ਰੁਪਏ ਖਰਚ ਹੁੰਦਾ ਹੈ ਹੁਣ ਜਿਵੇਂ ਇਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਉਸ ਵੱਲੋਂ ਜਿਹੜੇ ਐਲਾਨ ਕੀਤੇ ਗਏ ਸੀ ਉਹਨਾਂ ਵਿੱਚੋਂ ਲਾਡਲੀ ਬਹਿਨਾ ਯੋਜਨਾ ਜਿਹੜੀ ਆ ਉਹਦੇ ਇਕੱਲੇ ਦੇ ਉੱਤੇ ਹੀ ਜਿਹੜਾ ਹੈਗਾ 48000 ਕਰੋੜ ਰੁਪਏ ਖਰਚ ਕਰਨਾ ਪਊਗਾ ਇਹ ਸਰਕਾਰ ਇਹ ਪੈਸਾ ਕਿੱਥੋਂ ਲਏਗੀ ਤੇ ਇਹ ਲਾਜ਼ਮੀ ਹੈ ਕਿ ਉਸ ਨੂੰ ਇਹ ਕਰਜ਼ਾ ਚੁਕਾਣਾ ਪਊਗਾ ਜਦੋਂ ਆਪਾਂ ਰਾਜਸਥਾਨ ਦੀ ਗੱਲ ਕਰਦੇ ਆ ਰਾਜਸਥਾਨ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰੀਆਂ ਯੋਜਨਾਵਾਂ ਉਲਿੱਕੀਆਂ ਸੀ ਗਿਆ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਉੱਥੇ ਇਹ ਪਤਾ ਲੱਗਦਾ ਹੈ ਕਿ ਇਸ ਸਮੇਂ ਰਾਜਸਥਾਨ ਸਰਕਾਰ ਦੇ ਉੱਤੇ 537000 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਇਸ ਦੇ ਨਾਲ ਜਿਹੜਾ ਉਸ ਵੱਲੋਂ ਸਾਲਾਨਾ ਉਧਾਰ ਲਿਆ ਜਾਂਦਾ ਉਸ ਦੇ ਕਾਰਨ 18 ਤੋਂ 20 ਫੀਸਦੀ ਦਾ ਕਰਜ਼ਾ ਵਧ ਰਿਹਾ ਹੈ ਤੇ ਲਾਡੂ ਯੋਜਨਾ ਫ੍ਰੀ ਸਕੂਟਰੀ ਜਾਂ ਹੋਰ ਜਿਹੜੀਆਂ ਯੋਜਨਾਵਾਂ ਉਰੀਕੀਆਂ ਨੇ ਜਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਉਹਦੇ ਨਾਲ ਇਹ ਕਰਜ਼ਾ ਹੋਰ ਜ਼ਿਆਦਾ ਵਧ ਜਾਊਗਾ ਜਦੋਂ ਆਪਾਂ ਛੱਤੀਸਗੜ੍ਹ ਦੀ ਗੱਲ ਕਰਦੇ ਆ ਛੱਤੀਸਗੜ੍ਹ ਤੁਹਾਨੂੰ ਪਤਾ ਹੀ ਹੈ ਕਿ ਹਾਲ ਹੀ ਦੇ ਵਿੱਚ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਈ ਹੈ ਉਥੇ ਇਸ ਸਰਕਾਰ ਦੇ ਉੱਤੇ 82000 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਖਜ਼ਾਨੇ ਦੀ ਤੁਲਨਾ ਦੇ ਵਿੱਚ ਇੱਥੇ 110% ਦੀ ਵਾਧਾ ਹੋਇਆ ਤੇ ਜਦੋਂ ਅਸੀਂ ਤੇਲੰਗਾਨਾ ਦੀ ਗੱਲ ਕਰਦੇ ਆ ਤੇਲੰਗਾਨਾ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਸ ਵੱਲੋਂ ਜਿਹੜੇ ਸਬਸਿਡੀ ਲਈ ਪਹਿਲਾਂ ਹੀ ਜਿਹੜਾ ਹੈਗਾ 20550000 ਰੁਪਏ ਇਕੱਠੇ ਕਰਨੇ ਪੈਣਗੇ ਕਾਂਗਰਸ ਜਿਹੜੀ ਸਰਕਾਰ ਉੱਥੇ ਬਣਨ ਜਾ ਰਹੀ ਆ ਉਸ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਆ ਤੇ ਪਿਛਲੀ ਸਰਕਾਰ ਦੇ ਮੌਕੇ ਜਿਹੜਾ ਹੈ 4 ਲੱਖ 26000 ਕਰੋੜ ਰੁਪਏ ਦਾ ਉੱਥੇ ਦੀ ਸਰਕਾਰ ਦੇ ਉੱਤੇ ਪਹਿਲੇ ਕਰਜ਼ਾ ਚੱਲ ਰਿਹਾ ਜੇ ਜਦੋਂ ਹੁਣ 20 ਲੱਖ 56 56000 ਕਰੋੜ ਰੁਪਏ ਖਰਚ ਕਰਨੇ ਪੈਣਗੇ ਤਾਂ ਇਸ ਸਰਕਾਰ ਨੂੰ ਵੀ ਹੋਰ ਜ਼ਿਆਦਾ ਕਰਜ਼ੇ ਲੈਣ ਲੈਣੇ ਪੈਣਗੇ ਇਹੀ ਹਾਲਾਤ ਹੁਣ ਪੰਜਾਬ ਦੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਬਹੁਤ ਸਾਰੀਆਂ ਵਾਦੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਸੀਗੇ ਤੇ ਜਿਹੜੀ ਖਾਸ तौर ਤੇ ਬਿਜਲੀ ਦੇ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਜੇਕਰ 1-1000 ਰੁਪਿਆ ਔਰਤਾਂ ਨੂੰ ਵੀ ਦਿੱਤਾ ਗਿਆ ਇਹ ਖਾਸ तौर ਤੇ ਹੁਣ ਜਦ 2024 ਦੀ ਚੋਣਾਂ ਆ ਰਹੀਆਂ ਨੇ ਉਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੁਝ ਨਾ ਕੁਝ ਇਸ ਸਬੰਧ ਵਿੱਚ ਐਲਾਨ ਜ਼ਰੂਰ ਕੀਤਾ ਜਾਊਗਾ ਤੇ ਪੰਜਾਬ ਸਿਰਫ ਹੋਰ ਵੀ ਜ਼ਿਆਦਾ ਕਰਜ ਵਧ ਜਾਊਗਾ ਤੁਸੀਂ ਇਹ ਵੀ ਧਿਆਨ দাও ਕਿ ਜਦੋਂ ਸਬਸਿਡੀਆਂ ਬਹੁਤ ਜ਼ਿਆਦਾ ਵਧ ਜਾਂਦੀਆਂ ਨੇ ਸਰਕਾਰਾਂ ਨੂੰ ਲਗਾਤਾਰ ਕਰਜ਼ੇ ਲੈਣੇ ਪੈਂਦੇ ਆ ਤੇ ਵਿਕਾਸ ਕੰਮ ਬਿਲਕੁਲ ਠੱਪ ਪਏ ਜਾਂਦੇ ਆ ਤੇ ਫਿਰ ਤੁਸੀਂ ਸਰਕਾਰਾਂ ਦੇ ਉੱਤੇ ਦੋਸ਼ ਨਾ ਲਗਾਇਆ ਕਰੋ ਕਿ ਇਹ ਵਿਕਾਸ ਕਾਰਜ ਨਹੀਂ ਹੋ ਰਹੇਗੇ ਜਦੋਂ ਅਸੀਂ ਖਾਸ ਤੌਰ ਤੇ ਸਿਆਸੀ ਪਾਰਟੀਆਂ ਦੇ ਝਾਂਸੇ ਵਿੱਚ ਆ ਜਾਂਦੇ ਆ ਤੇ ਸਾਨੂੰ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਤੇ ਅਸੀਂ फटाफट ਵੋਟਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਤੇ ਇਸ ਗੱਲ ਕਰਕੇ ਹੀ ਜਿਹੜੇ ਇਹ ਸੂਬਿਆਂ ਦੇ ਵਿੱਚ ਵਿਕਾਸ ਨਹੀਂ ਹੁੰਦਾ ਸੜਕਾਂ ਟੁੱਟੀਆਂ ਹੁੰਦੀਆਂ ਨੇ ਨਾਲੀਆਂ ਦੇ ਪਾਣੀ ਭਗੀ ਜਾਂਦਾ ਸੀਵਰੇਜ ਦੇ ਕੰਮ ਪੂਰੇ ਨਹੀਂ ਹੁੰਦੇ ਪਾਣੀ ਦਾ ਕੰਮ ਪੂਰਾ ਨਹੀਂ ਹੁੰਦਾ ਇਹ ਤਾਂ ਹੀ ਹੋਊਗਾ ਜੇਕਰ ਸਾਨੂੰ ਸਬਸਿਡੀਆਂ ਨਾ ਦਿੱਤੀਆਂ ਜਾਂਦੇ ਸਰਕਾਰ ਕੋਲ ਜਿਹੜਾ ਪੈਸਾ ਹੁੰਦਾ ਇਹ ਵਿਕਾਸ ਕੰਮਾਂ ਦੇ ਉੱਤੇ ਲੱਗੇ ਤੇ ਇਹ ਜਿਹੜੀ ਅੱਜ ਦੀ ਰਿਪੋਰਟ ਸੀਗੀ ਕਿ ਕਿਸ ਤਰੀਕੇ ਨਾਲ ਸੂਬਿਆਂ ਦੇ ਵਿੱਚ ਇਹ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਸਰਕਾਰਾਂ ਦੇ ਉੱਤੇ ਕਰਜ਼ੇ ਵਧ ਰਹੇ ਨੇ ਕੱਲੂ ਕੈਸੇ ਨਵੀਂ ਰਿਪੋਰਟ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਆ ਗਿਆ ਸਸਤ੍ਰੀਕਾਰ